नमस्कार, आप देख रहे हैं भारत न्यूज टीवी। मैं हूं आपके साथ प्रिया सिंह। चलिए नजर डालते हैं आज की कुछ खास खबरों की तरफ। मेरा वार्ड मेरा परिवार कांग्रेसी काउंसिलरों ने नारा देकर नगर निगम चुनाव में कपूरथला वार्ड क्षेत्रों के लोगों को बुनियादी सहूलतें देने का वायदा कर चुनाव जीते थे। नगर निगम चुनाव हुए आज 7 महीने से अधिक का समय बीत चुका है, अभी भी कुछ वार्ड क्षेत्रों में लोगों को बुनियादी सहूलतें देने के वायदे को पूरा नहीं किया जा सका है। वहीं कुछ ऐसे भी काउंसिलर हैं जो अपने वार्ड में गली नालियां, सीवरेज सिस्टम, लाइटें, स्वास्थ्य, जल सफाई व सड़कें बना चुके हैं और अन्य राहतिक कार्य जल्द से पूरे करने की बात कर रहे हैं। चुनाव में कांग्रेसी काउंसिलर ने मेरा वार्ड मेरा परिवार का नारा लोगों को लुभाने तक की ही सीमित था को लेकर हमारी मीडिया टीम वार्ड विकास सर्व के तहत वार्ड नंबर 41 क्षेत्र का दौरा कर लोगों से कांग्रेसी काउंसिलर कुलबीर कौर का रिपोर्ट कार्ड प्राप्त किया और क्षेत्र में हुए विकास कार्य का जायजा क्षेत्र के लोगों से हमारी टीम ने बातचीत की गई। ये हुई और नाल दी गली मेरी। हाँ जी, काम बहुत वधिया करते हैं जी। आ गली बनी है साडी, दूजियां बनन वालियां। होर मंग मेरी ग्रांट पूरी हुई है जी, ग्रांट मैनू मिलनी है, ग्रांट पास हो के हैगी है मेरी, तिना चौं बंद ग्रांट पास हो के आएगी। हाँ जी हाँ जी हाँ जी, कम होंगे जी। नहीं 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 बिल्कुल जी। बबलू सबर वाले देखो जी, सू मतलब उन्होंने वास्ते बहुत वधिया काम किया उन्होंने साडे गली दे विच। है जी, लाइटा लवाती है उन्होंने, तो सड़क भी कहा उन्होंने बनानी है वो ही बना के देंगे। है जी, तो बाकी जो मतलब सीवर वगैरह पैना हरियाणे वो भी पा के देंगे। बहुत वधिया बंदे सानू, साडा एम सी साहब बहुत वधिया बंदे मिले सानू। है जी, किदां देखदे हो उन्हां नूं तुसीं? मतलब वधिया तरीके सानू बड़ा सुभाव, मतलब साडी गलबात सुणदे हैगे आ। है जी, बहुत वधिया मतलब एम सी साडे हैगे आ केशा जी। इदां दी मंग जिहड़ी हरे तक पूरी ना हुई है? नहीं नहीं, साडा सारा कुछ करदे आ जी। बलदेव जी, ਬਲਦੇਵ ਜੀ, ਜਿਹੜਾ ਤੁਹਾਡੇ ਐਮ ਸੀ ਬਣਿਆ ਕੁਲਵੀਰ ਕੌਰ ਮੈਡਮ ਅਤੇ ਰਕੇਸ਼ ਜੀ ਨਾਲ ਸੰਬੰਧ, ਕਿੱਦਾਂ ਦੇ ਇਨਸਾਨ ਨੇ ਅਤੇ ਕੀ ਕੰਮ ਤੁਹਾਡੇ ਸੀਗੇ ਜਿਹੜੇ ਉਹਨਾਂ ਨੇ ਕਰਾਏ? ਬਹੁਤ ਵਧੀਆ ਇਨਸਾਨ ਆ ਜੀ। ਸਾਡੇ ਇੱਥੇ ਗਲੀ ਦੇ ਵਿੱਚ ਟੂਪਾਂ ਨਹੀਂ ਲੱਗਦੀਆਂ, ਇਹ ਵੀ ਲਵਾਈਆਂ ਜੀ ਇਹਨਾਂ ਨੇ। ਹੋਰ ਕੋਈ ਮੰਗ ਤੁਹਾਡੀ ਇਹਨਾਂ ਤੋਂ ਕੀ ਕੋਈ ਕੰਮ ਜਿਹੜਾ? ਸਾਡੇ ਕੋਲ ਮੰਗ ਹੁਣ ਇੱਕੋ ਹੀ ਆ ਜੀ, ਸਾਡੀ ਸਾਡੀ ਬਸ ਗਲੀਆਂ ਬਣ ਜਾਣ ਬਸ, ਸਾਨੂੰ ਹੋਰ ਮੰਗ ਕੋਈ ਨਹੀਂ ਜੀ। ਬਾਕੀ ਬਾਕੀ ਸਾਡਾ ਇਹਨਾਂ ਨੇ ਜੋ ਵੀ ਕੀਤਾ ਸਾਡਾ ਬਹੁਤ ਵਧੀਆ ਕੀਤਾ ਹੈ। ਹਰਨੇਕ ਸਿੰਘ। ਹਰਨੇਕ ਸਿੰਘ ਜੀ, ਜਿਹੜੇ ਤੁਹਾਡੇ ਵਾਰਡ 'ਚ ਕੁਲਵੀਰ ਕੌਰ ਐਮ ਸੀ ਬਣੀ ਹੈ, ਤਾਂ ਉਹਨਾਂ ਦੇ ਹੱਥ ਜਿਹੜਾ ਕਿੱਦਾਂ ਦੇ ਕੰਮ ਕਰਾਏ ਉਹਨਾਂ ਨੇ ਐਮ ਸੀ ਬਣਨ ਤੋਂ ਬਾਅਦ? ਕੰਮ ਬਹੁਤ ਵਧੀਆ ਕਰਾ ਰਹੇ ਹੈਗੇ ਆ ਜੀ। ਫਸਟ ਵਿੱਚ ਜਦੋਂ ਉਹਨਾਂ ਨੇ ਬਲਕਿ ਸੜਕ ਦਾ ਕਿਹਾ ਸੀ, ਸੜਕ ਇੱਕ ਦੀ ਜਗ੍ਹਾ ਦੋ ਬਣਾਤੀਆਂ ਹੈਗੀਆਂ ਨੇ। ਤੀਸਰਾ ਸੜਕ ਜਿਹੜੀ ਹੈਗੀ ਆ ਮੇਰਾ ਗੁਰਦੁਆਰੇ ਵਾਲੀ, ਇਹਦਾ ਟੈਂਡਰ ਲੱਗਾ ਹੋਇਆ ਵਾ। ਮੇਰੀ ਬੈਕ ਸਾਈਡ 'ਤੇ ਸੜਕ ਹੈਗੀ, ਇਹਦਾ ਵੀ ਟੈਂਡਰ ਲੱਗਾ ਵਾ। ਪੰਪ ਜਿਹੜਾ ਹੈਗਾ ਵਾ ਉਹ ਵੀ 10-15 ਦਿਨਾਂ ਵਿੱਚ ਸ਼ੁਰੂ ਹੋ ਜਾਊਗਾ ਕੰਮ। ਬੁਨਿਆਦੀ ਸਹੂਲਤਾਂ ਜਿਹੜੀਆਂ ਪੀਣ ਵਾਲਾ, ਬੁਨਿਆਦੀ ਸਹੂਲਤਾਂ, ਪਾਣੀ ਦਾ, ਸੀਵਰੇਜ ਦਾ ਵਗੈਰਾ ਦਾ, ਜਦੋਂ ਵੀ ਫੋਨ ਕਰਦੇ ਹੈਗੇ ਨੇ ਮੁਹੱਲੇ ਵਾਸੀ ਨਿਵਾਸੀ, ਉਸੇ ਵੇਲੇ ਹੀ ਕੋਈ ਨਾ ਕੋਈ ਮਤਲਬ ਕਿ ਮੁਲਾਜ਼ਮ ਆਉਂਦੇ ਹੈਗੇ ਨੇ ਆਪਣੇ ਠੀਕ ਕਰਕੇ ਜਾਂਦੇ ਹੈਗੇ ਨੇ। ਪਾਣੀ ਵਗੈਰਾ ਦਾ ਵਧੀਆ ਚੱਲਦਾ ਪਿਆ ਸਿਸਟਮ, ਕੋਈ ਗੱਲ ਨਹੀਂ ਹੈਗੀ। ਕਿੱਦਾਂ ਦੇਖ ਰਹੇ ਹੋ ਤੁਸੀਂ ਇਹਨਾਂ ਨੂੰ? ਬਹੁਤ ਵਧੀਆ ਹੈਗਾ ਕੰਮ ਕਰਦੇ ਹੈਗੇ ਨੇ। ਇਸ ਤਾਂ ਮਤਲਬ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਦਫ਼ਤਰ ਖੋਲਾਂਗੇ, ਬਕਾਇਦਾ ਉੱਥੇ ਅਸੀਂ ਦਫ਼ਤਰ ਵੀ ਖੋਲਿਆ ਪਿਆ ਵਾ, ਦਫ਼ਤਰ ਖੋਲਿਆ ਪਿਆ, ਬਕਾਇਦਾ ਮੁੰਡਾ ਤਨਖਾਹ ਸੈਲਰੀ 'ਤੇ ਰੱਖਿਆ ਪਿਆ, 10,000-12,000 ਰੁਪਇਆ ਸੈਲਰੀ ਦਿੰਦੇ ਉਹਨੂੰ, ਉੱਦਾਂ ਸੈਲਰੀ 'ਤੇ ਰੱਖਿਆ ਪਿਆ ਪੱਕਾ। ਹਰ ਵੇਲੇ ਕਿਸੇ ਨੂੰ ਕਿਸੇ ਪਾਸੇ ਵੀ ਜਾਣ ਦੀ ਲੋੜ ਨਹੀਂ, ਕੋਈ ਕਾਗਜ਼ ਲਿਆਉਣ ਦੀ ਲੋੜ ਨਹੀਂ, ਪੈਨਸ਼ਨਾਂ ਦਾ ਹੋਵੇ ਚਾਹੇ ਨੀਲੇ ਕਾਰਟਾਂ ਦਾ ਹੋਵੇ ਜਾਂ ਕੋਈ ਹੋਰ ਵੀ ਹੁੰਦਾ ਹੈਗਾ ਵਾ, ਜਿਸ ਤਰ੍ਹਾਂ ਕੋਈ ਸਗਨ ਸਕੀਮ ਵਗੈਰਾ ਦਾ, ਸਾਰੇ ਆਪ ਖੁਦ ਭਰਦੇ ਹਾਂ, ਆਪ ਹੀ ਖੁਦ ਜਮ੍ਹਾਂ ਕਰਾਉਂਦੇ ਹੈਗੇ ਹਾਂ। ਸਾਰੀਆਂ ਸੜਕਾਂ ਵੀ ਬਣਾ ਦਿੱਤੀਆਂ ਜੀ, ਬਹੁਤ ਵਧੀਆ ਕੰਮ ਕਰਾ ਰਹੇ। ਕੋਈ ਤੁਹਾਡੇ ਵਾਰਡ ਵਾਸੀਆਂ ਦੀ ਇੱਦਾਂ ਦੀ ਕੋਈ ਮੰਗ ਹੋਵੇ ਜਿਹੜੀ ਉਹਨਾਂ ਨੇ ਨਾ ਪੂਰੀ ਕੀਤੀ ਹੋਵੇ? ਨਹੀਂ ਨਹੀਂ, ਸਾਰੀਆਂ ਹੋ ਗਈਆਂ ਵਾ। ਸਾ ਕਿੱਦਾਂ ਦੇਖਦੇ ਹੋ ਤੁਸੀਂ ਉਹਨਾਂ ਨੂੰ? ਬਹੁਤ ਵਧੀਆ ਬੰਦੇ ਆ ਜੀ। ਕੀ ਸੋਚ ਸੀਗੀ ਜਿਹੜੀ ਰਾਜਨੀਤੀ ਦੇ ਵਿੱਚ ਲੈ ਕੇ ਆਏ ਸੀਗੇ ਅਤੇ ਹੁਣ ਤੱਕ ਇੱਥੇ ਮੁਕਾਮ ਤੱਕ ਪਹੁੰਚੇ, ਕੀ ਸੋਚ ਸੀਗੀ ਸਰ? ਸਭ ਤੋਂ ਪਹਿਲਾਂ ਮੈਂ ਇੱਥੇ ਮੇਰੀ ਸਾਰੀ ਕਾਂਗਰਸ ਪਾਰਟੀ ਤੁਹਾਨੂੰ ਜੀ ਆਖਦੇ ਹਾਂ, ਤੁਸੀਂ ਇੱਥੇ ਆਏ, ਆਪਣਾ ਕੀਮਤੀ ਸਮਾਂ ਕੱਢ ਦਿੱਤੇ, ਬਹੁਤ ਬਹੁਤ ਧੰਨਵਾਦ। ਸਰ, ਕੀ ਸੋਚ ਸੀ ਜਿਹੜੀ ਤੁਸੀਂ ਰਾਜਨੀਤੀ 'ਚ ਆਏ ਅਤੇ ਕਿੱਦਾਂ ਦਾ ਮਤਲਬ? ਸੋਚ ਜੀ, ਸੋਚ ਤਾਂ ਚਲੋ ਸਾਡੀ ਸ਼ੁਰੂ ਤੋਂ ਸੀ ਵੀ ਇਹਨਾਂ ਲੋਕਾਂ ਦਾ, ਗਰੀਬਾਂ ਦਾ ਭਲਾ ਕੀਤਾ ਜਾਵੇ, ਇਹਨਾਂ ਨੂੰ ਹਰ ਸਹੂਲਤ ਮੁਹੱਈਆ ਹੋਈ ਹੋਵੇ, ਨਾ ਇਹਨਾਂ ਨਾਲ ਕੋਈ ਧੱਕਾ ਹੋਵੇ, ਨਾ ਇਹਨਾਂ ਦੇ ਕੋਈ ਪੈਸੇ ਖਰਾਬ ਹੋਣ। ਜਿੱਥੇ ਇਹਨਾਂ ਦਾ ਸਾਡੇ ਕੋਲ ਸੇਵਾ ਬਣਦੀ ਆ, ਨੀਲੇ ਕਾਰਡ, ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ, ਹੈਂਡੀਕੈਪ ਪੈਨਸ਼ਨ,
ਹੋਰ ਗਲੀਆਂ ਲੈਟਾਂ ਪੀਣ ਵਾਲਾ ਪਾਣੀ ਇਹ ਇਹਨਾਂ ਦੀ ਅਸੀਂ ਸੇਵਾ ਕਰ ਸਕੀਏ ਇਹ ਬੜੀ ਦੇਰ ਦੀ ਤਮੰਨਾ ਸੀ ਚਲੋ ਕੁਛ ਟਾਈਮ ਆਇਆ ਸਾਨੂੰ ਅਸੀਂ ਰਾਣਾ ਜੀ ਨੂੰ ਮਿਲੇ ਰਾਣਾ ਜੀ ਨੂੰ ਦੱਸਿਆ ਆਪਣੇ ਬਾਰੇ ਉਹਨੇ ਸਾਡੀ ਸਮਝੀ ਗੱਲ ਅਸੀਂ ਕੁਛ ਪਹਿਲਾਂ ਗਲਤੀਆਂ ਕੀਤੀਆਂ ਅਸੀਂ ਗਲਤ ਰਸਤੇ ਚੱਲ ਗਏ ਉਹਨਾਂ ਦੀ ਬਦੌਲਤ ਅਸੀਂ ਅੱਜ ਤੁਹਾਡੇ ਅੱਗੇ ਬੈਠੇ ਹਾਂ ਮੈਂ ਬਹੁਤ ਬਹੁਤ ਰਿਣੀ ਹਾਂ ਰਾਣਾ ਜੀ ਦਾ ਜਿਨ੍ਹਾਂ ਨੇ ਮੈਨੂੰ ਗਲਤ ਪਾਸੇ ਤੋਂ ਲਿਆ ਕੇ ਸਹੀ ਰਸਤਾ ਦਿਖਾਇਆ ਅਤੇ ਸਹੀ ਗਾਈਡ ਕਰ ਰਹੇ ਨੇ ਹਾਲੇ ਤੱਕ ਸਰ ਅਸੀਂ ਤੁਹਾਡੇ ਵਾਰਡ ਨੰਬਰ 41 ਦਾ ਦੌਰਾ ਵੀ ਕੀਤਾ ਕਾਫੀ ਜਿਹੜੇ ਕੰਮ ਨੇ ਜਨਤਾ ਦੇ ਲਈ ਉਹ ਹੋ ਚੁੱਕੇ ਨੇ ਫਿਰ ਵੀ ਤੁਹਾਡੀ ਨਿਗਾਹ 'ਤੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੱਲ ਰਹਿੰਦੇ ਨੇ ਸਰ ਕੰਮ ਤਾਂ ਉੱਥੇ ਤਕਰੀਬਨ ਹੋਏ ਪਏ ਆ ਦੋ ਕੰਮ ਰਹਿੰਦੇ ਆ ਬਸ ਦੋ ਤਿੰਨ ਕੰਮ ਇੱਕ ਤਾਂ ਮੇਨ ਉੱਥੇ ਪਾਣੀ ਵਾਲਾ ਪੰਪ ਰਹਿੰਦਾ ਜੀ ਦੂਜਾ ਨੰਬਰ ਗਲੀਆਂ ਥੋੜ੍ਹੀਆਂ ਰਹਿੰਦੀਆਂ ਵਾ ਅਤੇ ਸੀਵਰੇਜ ਪੈਣਾ ਵਾ ਅਤੇ ਵਾਟਰ ਸਪਲਾਈ ਪੈਣੀ ਆ ਬਸ ਮੇਨ ਇਹੀ ਕੰਮ ਆ ਬਾਕੀ ਜੋ ਸਾਡੇ ਕੋਲ ਹੋਣ ਡਿਆ ਅਸੀਂ ਕਰੀ ਜਾਂਦੇ ਹਾਂ ਉਹਨਾਂ ਦੀ ਸੇਵਾ 'ਚ ਅਸੀਂ ਹਾਜ਼ਰ ਹਾਂ ਮੁੰਡਾ ਦਫ਼ਤਰ ਬਹਿੰਦਾ ਵਾ ਉਹ ਕੰਮ ਕਰਦਾ ਵਾ ਨਾ ਕੋਈ ਬਾਹਰ ਜਾਂਦਾ ਵਾ ਮੁੰਡਾ ਜਮ੍ਹਾਂ ਕਰਾ ਕੇ ਆਵੇ ਫਾਰਮ ਮੁੰਡਾ ਹੀ ਸੈਨ ਕਰਾਉਂਦਾ ਘਰ ਆਣ ਕੇ ਅਸੀਂ ਕਿਸੇ ਨੂੰ ਆਪਣੇ ਘਰ ਨਹੀਂ ਆਉਂਦੇ ਨੇ ਉੱਥੋਂ ਹੀ ਸਾਰਾ ਕੁਛ ਹੋ ਰਿਹਾ ਸਾਡੇ ਦਫ਼ਤਰ ਇਹ ਸਭ ਰਾਣਾ ਜੀ ਦੀ ਮਿਹਰ ਨਾਲ ਹੋ ਰਿਹਾ ਵਾ ਅਸੀਂ ਫੋਨ ਕਰਨ ਵਾਲੇ ਹੁੰਦੇ ਹਾਂ ਇਹ ਤਾਂ ਉਹਨਾਂ ਦੀ ਜੋਰ ਦੀ ਸਭ ਕੁਛ ਹੋ ਰਿਹਾ ਜੀ ਜਦੋਂ ਤੁਸੀਂ ਆਪਣੇ ਵਾਰਡ ਵਿੱਚ ਜਾਂਦੇ ਹੋ ਤੁਹਾਨੂੰ ਲੋਕਾਂ ਦਾ ਕਿੱਦਾਂ ਦਾ ਹੁੰਗਾਰਾ ਮਿਲਦਾ ਜਦੋਂ ਜਾਂਦੇ ਹੋ ਲੋਕਾਂ ਦੇ ਲੋਕਾਂ ਹੀ ਦੇਖੋ ਜੀ ਜੇ ਆਪਾਂ ਲੋਕਾਂ ਦੇ ਕੰਮ ਸਹੀ ਤਰੀਕੇ ਨਾਲ ਕਰਾਂਗੇ ਤਾਂ ਉਹਨਾਂ ਨੇ ਵਧੀਆ ਡੀਲ ਕਰਨਾ ਵਧੀਆ ਸਾਨੂੰ ਹੱਸ ਕੇ ਬੁਲਾਉਣਾ ਜੇ ਅਸੀਂ ਲੋਕਾਂ ਦੀਆਂ ਗੱਲਾਂ ਦੇ ਖਰੇ ਨਾਲ ਉਤਰਾਂਗੇ ਤਾਂ ਫਿਰ ਐਂਡ ਸਾਡੇ ਨਾਲ ਵੀ ਉਹੀ ਹੋਣਾ ਵਾ ਜੋ ਜਿਹੜੇ ਸਾਡੇ ਅਗੇਂਸਟ ਲੜੇ ਆ ਉਹਨਾਂ ਨਾਲ ਹੋਇਆ ਵੀ ਗੱਲ ਕੀਤੀ ਜਾਵੇ ਕਿ ਜ਼ਿਆਦਾਤਰ ਤੁਹਾਡਾ ਜਿਹੜਾ ਕਿ ਵਾਰਡ ਹੈਗਾ ਸਲੱਮ ਏਰੀਆ ਪੈਂਦਾ ਵਾ ਤਾਂ ਕੀ ਮੁਸ਼ਕਲਾਂ ਆਉਂਦੀਆਂ ਵਾ ਇਹ ਵਾਰਡ ਦੇ ਵਿੱਚ ਮੁਸ਼ਕਲਾਂ ਸਰ ਆਪਣੀ ਵਾਰਡ ਸਲੱਮ ਤਾਂ ਹੈਗੀ ਆ ਭਲ ਕੋਈ ਉੱਥੇ ਇੱਦਾਂ ਨਹੀਂ ਹੈਗਾ ਕੋਈ ਲੜਾਈ ਝਗੜੇ ਹੋਣ